ਪੰਜਾਬ 'ਚ ਦੋ ਇਹੋ ਜਿਹੇ ਮੁੱਖ ਮੰਤਰੀ ਫਿਰ ਰਹੇ ਆ, ਇੱਕ ਕੇਜਰੀਵਾਲ ਤੇ ਇੱਕ ਨਟਵਰ ਲਾਲ ਹੈ। ਮੈਨੂੰ ਲੱਗਦਾ ਦੋਵੇਂ ਹੀ ਇੱਕੋ ਸਕੂਲ 'ਚੋਂ ਕੋਈ ਸਿਆਸੀ ਇਹ ਸਿਖਲਾਈ ਲੈ ਕੇ ਆਏ ਆ ਕਿ ਜਿੰਨੀ ਗੱਪ ਤੇ ਝੂਠ ਇਹ ਦੋਵੇਂ ਮਾਰ ਰਹੇ ਉਹਦਾ ਹਿਸਾਬ ਕੋਈ ਨਹੀਂ ਰਹਿ ਗਿਆ। ਦੇਖੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ, ਇਹਨਾਂ ਦਾ ਤਾਂ ਬੜੀ ਛੇਤੀ ਨੌ ਹੀ ਪਾਉਣਾ ਪੈ ਜਾਣਾ ਕਿ ਐਲਾਨੀਆ ਅਜੀਤ ਸਿੰਘ ਚੰਨੀ, ਇਕੱਲੇ ਐਲਾਨ ਤੇ ਐਲਾਨ। ਔਰ ਮੈਨੂੰ ਇੱਕ ਕਹਾਣੀ ਨਹੀਂ ਸਮਝ ਆ ਰਹੀ, ਇਹ ਕਹਿੰਦਾ ਸਾਡਾ ਖਜ਼ਾਨਾ ਖਾਲੀ ਨਹੀਂ, ਕਹਿੰਦੇ ਖਜ਼ਾਨੇ 'ਚ ਬਹੁਤ ਕੁਛ ਹੈ। ਜਿਹੜਾ ਖਜ਼ਾਨਾ ਮੰਤਰੀ ਹੈ ਉਹ ਕਹਿੰਦਾ ਖਜ਼ਾਨਾ ਖਾਲੀ ਹੈ। ਨਾਓ ਡਸ ਦਾ ਫਾਈਨੈਂਸ ਮਿਨਿਸਟਰ ਨੋ ਹਿਸ ਜੋਬ ਔਰ ਦਾ ਚੀਫ ਮਿਨਿਸਟਰ, ਕਿਉਂਕਿ ਫਾਈਨੈਂਸ ਮਿਨਿਸਟਰ ਸਾਹਿਬ 5 ਸਾਲ ਦੇ ਉੱਥੇ ਬੈਠੇ, ਔਰ ਜਿਹੜੇ PPCC ਦੇ ਪ੍ਰਧਾਨ ਨੇ ਉਹ ਵੀ ਬਾਰ ਬਾਰ ਕਹਿੰਦੇ ਆ ਐਲਾਨੀਆ ਅਜੀਤ ਸਿੰਘ ਚੰਨੀ ਨੂੰ ਕਿ ਲੋਲੀਪੋਪ ਦੇਣਾ ਬੰਦ ਕਰ ਦਿਓ, ਪੈਸੇ ਨਹੀਂ ਹੈ। ਔਰ ਸਭ ਨੂੰ ਸਾਨੂੰ ਪਤਾ ਕਿ 3 ਲੱਖ ਕਰੋੜ ਦਾ ਕਰਜ਼ਾ ਪੰਜਾਬ ਤੇ ਕਾਂਗਰਸ ਦੀ ਮੌਜੂਦਾ ਸਰਕਾਰ ਨੇ ਚੜ੍ਹਾਤਾ। ਜਦੋਂ 3 ਲੱਖ ਕਰੋੜ ਦਾ ਕਰਜ਼ਾ ਹੋ ਜੇ ਤੇ ਕੇਸ ਆਧਾਰ ਤੇ, ਕੇਸ ਬੁਨਿਆਦ ਤੇ, ਕੇਸ ਗੱਲ ਤੇ ਮੁੱਖ ਮੰਤਰੀ ਸਾਹਿਬ ਆਪਦੇ ਐਲਾਨ ਕਰ ਰਹੇ ਆ। ਕੇਵਲ ਤੇ ਕੇਵਲ ਕੀ ਇਹ ਲੋਕਾਂ ਨੂੰ, ਜੋ ਪਹਿਲਾਂ ਲੋਕਾਂ ਨਾਲ 420 ਕੀਤੀ ਸੀ, ਜਿਸ 'ਚ ਚੰਨੀ ਸਾਹਿਬ ਵੀ ਸ਼ਾਮਿਲ ਸੀ, ਜਦੋਂ ਗੁਟਕਾ ਸਾਹਿਬ ਦੀਆਂ ਸਹੁੰਆਂ ਖਾਧੀਆਂ ਗਈਆਂ ਸਾਬੂ ਕੀ ਤਲਵੰਡੀ, ਉਦੋਂ 5ਵੇਂ ਨੰਬਰ 'ਚ ਉਹ ਜੋ ਵੀਡੀਓ ਧਿਆਨ ਨਾਲ ਵੇਖੋ, ਚੰਨੀ ਸਾਹਿਬ ਖਲੋ ਕੇ ਉੱਥੇ ਜਕਾਰੇ ਛੱਡਦੇ ਸੀ, ਉਹਦੇ 'ਚੋਂ ਇੱਕ ਵਾਅਦਾ ਨਹੀਂ ਪੂਰਾ ਹੋਇਆ। ਔਰ ਉਹੀ ਕਾਂਗਰਸ ਦੀ ਸਰਕਾਰ ਚੱਲ ਰਹੀ ਹੈ, ਕੋਈ ਨਵੀਂ ਕਾਂਗਰਸ ਨਹੀਂ ਹੈ ਇਹ। ਇੱਕੋ ਬੰਦਾ ਬਦਲਿਆ, ਬਾਕੀ ਉਹ ਚਿਹਰੇ, ਉਹ ਮੰਤਰੀ, ਸਾਰਾ ਕੁਛ ਉਹ। ਔਰ ਅੱਜ ਫੇਰ ਉਹਨਾਂ ਨੇ ਫਰਕ ਇਹ ਪਿਆ ਕਿ ਆਫਟਰ 5 ਈਅਰਸ ਫੇਰ ਲੋਕਾਂ ਨੂੰ ਝੂਠ ਬੋਲਣ ਦਾ ਨਵੇਂ ਤਰੀਕੇ ਨਾਲ ਕੰਮ ਸ਼ੁਰੂ ਕੀਤਾ। ਅੱਜ ਦਾ ਹੀ ਅਖਬਾਰਾਂ 'ਚ ਖਬਰਾਂ ਲੱਗੀਆਂ ਨੇ, ਆਹ ਕੈਬਨਿਟ ਦਾ ਮੈਮੋਰੈਂਡਮ ਹੈ, ਔਰ ਇਸ਼ਤਿਹਾਰ ਦਿੱਤੇ ਗਏ ਸਨ ਕਿ ਪੰਜਾਬ 'ਚ 1 ਰੁਪਏ 19 ਪੈਸੇ 100 ਕਿਲੋਵਾਟ ਤੱਕ ਦਾ ਜਿਨ੍ਹਾਂ ਦਾ ਬਿਜਲੀ ਮਾਫ ਹੋਊਗਾ ਉਹਨਾਂ ਦੀ ਬਿਜਲੀ ਸਸਤੀ ਹੋ ਜਾਊਗੀ, 1 ਰੁਪਏ 19 ਪੈਸੇ ਰੇਟ ਹੋਊਗਾ, 3 ਰੁਪਏ ਦੇ ਰੇਟ ਘਟਾ ਤੇ ਜਾਣਗੇ, ਇਹ ਇਸ਼ਤਿਹਾਰ ਦਿੱਤੇ ਗਏ। ਸਾਰੇ ਪੰਜਾਬ 'ਚ ਸਭ ਤੋਂ ਸਸਤੀ ਬਿਜਲੀ ਦੇ ਬੋਰਡ ਲਵਾ ਤੇ, ਮਗਰ ਅਸਲੀਅਤ ਕੀ ਹੈ? ਆਹ ਕੈਬਨਿਟ ਦਾ ਫੈਸਲਾ, ਕੈਬਨਿਟ ਦੇ ਫੈਸਲੇ 'ਚ ਵੀ ਇਹ ਕਿਹਾ ਗਿਆ ਕਿ ਜੀ 3 ਰੁਪਏ ਪ੍ਰਤੀ ਯੂਨਿਟ ਘਟਾ ਤੇ ਜਾਣਗੇ। ਔਰ ਮੈਂ ਇਹ ਬਾਅਦ 'ਚ ਸੁਣਾ ਦਿਓ ਜੀ, ਮੈਂ ਤੁਹਾਨੂੰ 1 ਨਵੰਬਰ ਦੀਵਾਲੀ ਦੇ ਤੋਹਫੇ ਦੀ ਉਹ ਗੱਲ ਕਰਦੇ ਸੀ, ਔਰ ਅੱਜ ਅਸਲੀਅਤ ਕੀ ਹੈ ਜੋ ਬਿੱਲ ਜਾ ਰਹੇ ਆ ਲੋਕਾਂ ਨੂੰ? ਅੱਜ ਦੇ ਰੇਟ ਕੀ ਆ ਰਹੇ ਆ? 0 ਤੋਂ 100 ਯੂਨਿਟ ਜਿਹੜਾ ਪ੍ਰਤੀ ਯੂਨਿਟ ਜਿਹੜਾ ਉਹਨਾਂ ਨੂੰ ਰੇਟ ਜਾ ਰਿਹਾ 4 ਰੁਪਏ 19 ਪੈਸੇ, 1 ਰੁਪਏ 19 ਪੈਸੇ ਨਹੀਂ ਹੋਏ, ਇਹ 4 ਰੁਪਏ 19 ਪੈਸੇ ਹੀ ਨੇ। 101 ਤੋਂ 300 7 ਰੁਪਏ 1 ਪੈਸੇ, ਔਰ 300 ਤੋਂ ਜ਼ਿਆਦਾ 8 ਰੁਪਏ 76 ਪੈਸੇ, ਜੋ 4.5 ਸਾਲ ਵਸੂਲੀ ਕੀਤੀ ਗਈ ਹੈ ਲੋਕਾਂ ਤੇ ਭਾਰ ਪਾ ਕੇ। ਹਾਂਜੀ, ਜੋ ਚੰਨੀ ਦੀ ਉਹ ਫੋਟੋ ਕਿੱਥੇ ਜਿਹੜੇ ਇਸ਼ਤਿਹਾਰ ਲਾਈ ਹੈ, ਮੈਂ ਤੈਨੂੰ ਕਿਹਾ ਸੁਣਾ, ਆ ਰਿਹਾ ਇਹ 'ਚ ਯੂਨਿਟ ਵੀ ਵਿਖਾਉਂਦੇ ਆ, ਕਾਸ਼ ਹੱਥ ਤਾਂ ਲੋਕੀ ਜੋੜੀ ਖਲੋਤੇ ਆ ਇਹਦੇ ਅੱਗੇ ਕਿ ਬਾਬਾ ਸਾਡਾ ਖਿਹੜਾ ਛੱਡ। ਐਲਾਨੀਆ ਅਜੀਤ ਸਿੰਘ ਚੰਨੀ ਉਹ ਕੰਮ ਅਮਲ 'ਚ ਵੀ ਲਿਆ ਨਹੀਂ, ਇੱਕ ਉਹ ਰੇਟਾਂ ਦੀ ਵੀ ਲਿਸਟ ਕੱਢੀ ਹੈ, ਉਹ ਦਿਖਾ। ਇਹਨਾਂ ਨੇ ਕਿਹਾ ਸੀ 1 ਨਵੰਬਰ ਦਾ ਕੈਬਨਿਟ ਦਾ ਏਜੰਡਾ ਜੀ, ਆਹ ਵੀ ਮੈਂ ਤੁਹਾਨੂੰ ਦੇ ਦਿੰਦਾ, ਤੁਹਾਨੂੰ ਭੇਜ ਦਿੰਦੇ ਹਾਂ ਜੀ, 'ਚੋਂ ਕਿਹਾ ਸੀਗਾ ਕਿ ਅੱਜ ਤੋਂ ਦੀਵਾਲੀ ਦਾ ਤੋਹਫਾ, ਆ ਦੀਵਾਲੀ ਦਾ ਤੋਹਫਾ ਇਹਨਾਂ ਦਾ ਲੈ ਲਓ। ਅੱਜ ਦੇ ਬਿੱਲ ਕੀ ਹੈ? ਜਿਹੜਾ 1 ਰੁਪਏ 19 ਪੈਸੇ ਹੋਣਾ ਚਾਹੀਦਾ ਸੀ, ਅੱਜ ਵੀ ਉਹ 4 ਰੁਪਏ 19 ਪੈਸੇ ਹੈ 100 ਯੂਨਿਟ ਤੱਕ ਦੇ, ਔਰ 101 ਤੋਂ 300 ਯੂਨਿਟ ਤੱਕ 7 ਰੁਪਏ 1 ਪੈਸੇ ਹੈ, ਔਰ 300 ਤੋਂ ਜਦ ਵੱਧ ਜਾਂਦਾ 8 ਰੁਪਏ 76 ਪੈਸੇ। ਮਗਰ ਸਾਰੇ ਪੰਜਾਬ 'ਚ ਇਹਨਾਂ ਨੇ ਇਸ਼ਤਿਹਾਰ ਲਵਾ ਤੇ ਕਿ ਜੀ ਬਿਜਲੀ ਸਸਤੀ ਹੋ ਗਈ, ਕੋਈ ਨਹੀਂ ਸਸਤੀ ਹੋਈ, ਕੱਲਾ ਐਲਾਨੀਆ ਅਜੀਤ ਸਿੰਘ ਚੰਨੀ ਦਾ ਐਲਾਨ ਇੱਕ ਫੋਕਾ ਐਲਾਨ, ਝੂਠਾ ਐਲਾਨ ਹੀ ਬਣ ਕੇ ਰਹਿ ਗਿਆ। ਜਿੱਥੇ ਬਿਜਲੀ ਦੇ ਹਾਲ ਹੈ, ਉਹ ਯਾਰ ਇੱਕ ਪੋਸਟਰ ਵੀ ਕੱਢ ਕੇ ਵਿਖਾਈ ਇਹਨਾਂ ਨੂੰ,
जिथे बिजली के ऐलान है, इफ यू वॉन्ट मैं थोड़ा वीडियो भी सुना देना, दो मिनट वो वीडियो सुना दियो। नहीं एक पोस्टर है रेटा का कंपेरिजन है जिथे इन्हें सारे अमृतसर भरिया पे यार आ सुन लियो दी गल। केड़ी तरीक तो है आग बंद कर दी। दिवाली का तोहफा तो इन मिल गया, अलानिया जीत बन गया मुख्यमंत्री, लोगों का हले भी दिवाला निकल रहा। अज भी बिजली के रेट नहीं कटे। तुम वेखो एक तो वड्डी कॉन्स्टिट्यूशनल क्राइसिस की हो सकती है कि कैबिनेट की मीटिंग तो बाद मुख्यमंत्री निकल के यह गल कवे कि अज तो बिजली एक रुपए 19 पैसे हो गई है 100 किलोवाट तक, तो असलीयत की है? असलीयत उ है चार, हाँ जी चलो बस गल क्लियर है। अज भी 4 रुपए 19 पैसे और आ बाकी रेट जिहड़े मैं गणाए सी 7 रुपए 1 पैसे ते 8 रुपए 76 पैसे। दिस इज वन फैक्ट। दूजी गल मैं सीएम साहब नूं चैलेंज कीता सी कि कल्ला तुसी आपदी सारिया सरकार दिया निया झूठ ते ना आपदा महल खड़ा करो। इन्होंने कहा सीगा कि असी बिजली समझौते रद्द करते, कित्थे रद्द होए जी दसो, झूठ ही लोगों नूं। फिर इन्होंने यह गल कही कि श्रोमणी अकाली दल के समय 17 रुपए 21 पैसे या 17 रुपए कुछ पैसे सोलर का यूनिट दिता गया। मैं चैलेंज किया जे एक भी यूनिट सोलर का 17 रुपए का दिता हो और यह प्रूव कर दें आई विल नॉट फाइट इलेक्शन, नहीं तो यह इलेक्शन के मैदान तो छड़ के भज जा क्योंकि झूठ बोल रहे। 17 रुपए का जेड़ा एक पावर प्लांट 9 मेगावाट 13,500 चो 9 मेगावाट दिते गए है, वो भी 12 रुपए 22 पैसे गवर्नमेंट ऑफ इंडिया दिंदी है, पंजाब का 5 रुपए 5.5 रुपए ही दिंदा है, 5 रुपए 60 पैसे तक, बाकी सारे पैसे गवर्नमेंट ऑफ इंडिया की सबसिडी से आते, मगर वह भी झूठ बोलता। फिर इस तरह इन्होंने कहा एक नवा ऐलान किया कि रेत सस्ती हो गई है। जाओ किसी जगह, मैं सारे थोनों इलेक्ट्रॉनिक चैनल उते प्रिंट मीडिया नू बेनती करदा, कांग्रेस की माइनिंग माफिया उस तेजी नाल ओपरेट कर रही है और एक वीडियो भी आई एक चैनल वाले इत्थे बैठे है जिन्होंने वह पर्दाफाश किया कि एक चौधरी, वो चौधरी कौन है? वो ओही चौधरी है जिहड़ा सूबे दा इन्होंने इंचार्ज लाया। वो चौधरी दे हुंदिया होया माइनिंग माफिया खत्म नहीं हो सकती क्योंकि वो उन्हां दी सरप्रस्ती कर रहे और अज भी रेट ओही ने। जे 10 डायरी ट्रक लैन जाओ तो फिर 35,000-40,000 का मिल रहा, लोगों नूं कोई राहत नहीं मिली, मगर उहदे भी सारे पंजाब च बोर्ड लवाते। करोड़ां रुपया पंजाब दे खजाने चो खर्च करता आपकी इश्तिहारबाजी ली, मगर जो असलियत है कि लोगों लिए ना बिजली सस्ती हुई और ना रेत सस्ती हुई क्योंकि ये पिछे इन्हां दी मंशा सही नहीं है। दूजी गल, कल केजरीवाल साहब आए और मैं वैसे तो उन्हां दा भी गिनीज बुक ऑफ वर्ल्ड रिकॉर्ड च उन्हां दा जे कोई मुख्यमंत्री इन्नी गप मार सकता है तो मैं लगता रेस लग जाए तो चन्नी साहब तो केजरीवाल साहब च नटवर लाल साहब च यह नहीं पता लगना कि पहला नंबर किनू दे, उन्होंने भी भंबल भूसा पै जाना। वेखो कल ऐलान करता कि असी 1,000 रुपया 18 साल तो वध उम्र सब तिया भैणा नू यह देवे, भावे वह इकनोमिकली जिन्हें मर्जी भावे वह करोड़ापति होन अरबापति होन, मगर केजरीवाल उन्होंने 1,000 रुपया दो। पहला तो यही क्वेश्चनेबल है कि यह सही है। दूजी गल मेरा पहला सवाल केजरीवाल साहब थोनू कि तुसी दिल्ली दिने हो, दिल्ली तो थोड़े तो हले तक वैट ही नहीं घटाया जा रहा डीजल तो पेट्रोल का, अच्छ सब तो महंगा दिल्ली हले भी, थोड़ी नीयत से तो उत सवाल उठ जाते हैं। तुसी कहिंदे सी कि VIP कल्चर खत्म कर देंगे, कल प्रेस वालेयां नाल की हाल कीता, प्रेस नूं तां नेड़े नहीं फड़कन देंदे, थोड़े नाल जे तुसी चलदे हो घट्टो घट 500 मुलाजम चलदा,
ਤੁਸੀਂ ਕਹਿੰਦੇ ਸੀ ਮੈਂ ਕੋਠੀ ਨਹੀਂ ਲਾਉਂਗਾ, ਇੱਕ ਕਮਰੇ 'ਚ ਰਹੂੰਗਾ। ਤੁਹਾਡੇ ਤੋਂ ਵੱਡੀ ਕੋਠੀ ਤਾਂ ਕਿਸੇ ਕੋਲ ਦਿੱਲੀ ਹੈ ਨਹੀਂ। ਔਰ ਜਿਹੜੇ ਕਹਿੰਦੇ ਸੀ ਅਸੀਂ ਮੁਫ਼ਤ 'ਚ ਕੰਮ ਕਰਾਂਗੇ, ਤਨਖਾਹ ਨਹੀਂ ਲਵਾਂਗੇ, ਅੱਜ ਸਭ ਤੋਂ ਵੱਧ ਤਨਖਾਹ ਦਿੱਲੀ ਦੇ MLA ਦੀ ਆ, ਉਹਨਾਂ ਨੇ ਐਲਾਨ ਕੀਤਾ ਕਿ ਮੈਂ 1000 ਰੁਪਈਆ ਦਊਂਗਾ। ਵੇਖੋ ਕਮਾਲ ਦੀ ਗੱਲ ਹੋ ਗਈ, ਦਿੱਲੀ ਨਹੀਂ ਦਿੰਦੇ। ਜੋ ਕੁਛ ਦੇਣਾ ਪਹਿਲਾਂ ਦਿੱਲੀ ਤਾਂ ਦਿਓ, ਪ੍ਰੈਕਟਿਸ ਵਾਟ ਯੂ ਪ੍ਰੀਚ। ਮਤਲਬ ਪਹਿਲਾਂ ਜੇ ਸੂਬੇ ਦੇ ਤੁਹਾਡੇ ਕੋਲ ਕੈਬਨਿਟ ਫੈਸਲਾ ਕਰਕੇ ਤੁਸੀਂ ਦੇ ਸਕਦੇ ਹੋ, ਉੱਥੇ ਤੁਸੀਂ ਦਿੰਦੇ ਨਹੀਂ। ਔਰ ਦੇਣ ਦਾ ਮਤਲਬ ਕੀ ਆ, 3 ਲੱਖ ਕਰੋੜ ਦਾ ਕਰਜ਼ਾ ਪੰਜਾਬ 'ਤੇ। ਔਰ ਜੇ ਤੁਸੀਂ ਜੋ ਲੇਟੈਸਟ ਸੈਂਸਸ ਆਇਆ 2021 ਦਾ ਉਹਦਾ ਹਿਸਾਬ ਲਾਓ ਤੇ ਕੋਈ 1 ਕਰੋੜ 10 ਲੱਖ 12 ਲੱਖ ਦੀਆਂ ਸਾਡੀ ਵਿਮੈਨ ਪਾਪੂਲੇਸ਼ਨ ਹੈ। ਕਹਿਣ ਦਾ ਭਾਵ ਕਿ 1100 ਕਰੋੜ ਰੁਪਈਆ ਮਹੀਨਾ ਇਕੱਲਾ ਇੱਕ ਸਕੀਮ ਪਿੱਛੇ 13,200-13,300 ਕਰੋੜ ਰੁਪਈਆ ਸਾਲਾਨਾ ਇਹਦੇ ਲਈ ਦੇਣ 'ਚ ਕੀ ਬਜਟ 'ਚ ਪੈਸੇ ਹੈ। ਜੇ ਇਸ ਬਜਟ 'ਚੋਂ ਹਲੇ 50,000 ਕਰੋੜ ਰੁਪਈਆ ਤਾਂ ਇਕੱਲਾ ਬਿਜਲੀ ਬੋਰਡ ਦੀਆਂ ਦੇਣਦਾਰੀਆਂ ਨੇ ਸਬਸਿਡੀ ਦੀਆਂ ਦੇ ਪਿਛਲੀਆਂ। ਇਹ ਝੂਠ ਇਕੱਲਾ ਬੋਲਣ ਦਾ ਇੱਕ ਬਰੀਡਿੰਗ ਗਰਾਊਂਡ ਇਕੱਲਾ ਇਹਨਾਂ ਨੇ ਪੰਜਾਬ ਨੂੰ ਸਮਝਿਆ। ਔਰ ਜਿਹੜੇ ਵਾਅਦੇ ਕੀਤੇ ਭਾਵੇਂ ਉਹ 300 ਯੂਨਿਟ ਮਾਫ ਹੋਣੇ, ਦਿੱਲੀ ਨਹੀਂ ਕਰਦੇ। ਦਿੱਲੀ 200 ਯੂਨਿਟ ਤੋਂ ਵੱਧ ਖਪਤ ਹੋ ਜੇ ਤੇ ਸਾਰਾ ਬਿੱਲ ਲੱਗ ਜਾਂਦਾ। ਔਰ ਮੈਂ ਰਿਕਾਰਡ ਕੱਢ ਕੇ ਲਿਆਇਆ ਕਿ ਸਭ ਤੋਂ ਮਹਿੰਗੀ ਬਿਜਲੀ ਅੱਜ ਵੀ ਜਿਹੜਾ ਦਿੱਲੀ 'ਚ ਮਿਲਦੀ ਆ। ਔਰ ਜਿਹੜਾ ਇੱਕ ਰਿਕਾਰਡ ਹੈ ਗਵਰਨਮੈਂਟ ਆਫ ਇੰਡੀਆ ਦਾ, ਉਹਦੇ 'ਚ ਇਹ ਗੱਲ ਕਹਿੰਦੇ ਆ ਤਾਂ ਇਹ ਜਿਹੜਾ ਪਾਵਰ ਫਾਈਨੈਂਸ ਕਾਰਪੋਰੇਸ਼ਨ ਗਵਰਨਮੈਂਟ ਆਫ ਇੰਡੀਆ ਦੇ ਫਿਗਰਸ ਨੇ, ਪਰ ਯੂਨਿਟ ਕਾਸਟ ਆਫ ਪਾਵਰ ਇਨਕਲੂਡਿੰਗ ਓਨ ਜਨਰੇਸ਼ਨ ਫੋਰ ਪੰਜਾਬ ਐਵਰੇਜ ਜਿਹੜਾ ਰੇਟ ਹੈ ਉਹ 4 ਰੁਪਏ 33 ਪੈਸੇ ਹੈ, ਕੰਪੇਅਰ ਟੂ 4 ਰੁਪੀਜ਼ 79 ਪੈਸਾ ਇਨ ਹਰਿਆਣਾ, 4 ਰੁਪੀਜ਼ 89 ਪੈਸਾ ਇਨ ਰਾਜਸਥਾਨ, 5 ਰੁਪੀਜ਼ 19 ਪੈਸਾ ਇਨ ਉੱਤਰ ਪ੍ਰਦੇਸ਼, ਔਰ 5.56 ਰੁਪਏ 56 ਪੈਸੇ ਇਨ ਦਿੱਲੀ। ਮਤਲਬ ਜਿਹੜੀ ਐਵਰੇਜ ਰੇਟ ਹੈ ਇਹ ਗਵਰਨਮੈਂਟ ਆਫ ਇੰਡੀਆ ਦੇ ਫਿਗਰਸ ਨੇ ਕਿ ਦਿੱਲੀ 'ਚ ਸਭ ਤੋਂ ਮਹਿੰਗੀ ਆ। ਦੂਜੀ ਐਵਰੇਜ ਕਾਸਟ ਆਫ ਸਪਲਾਈ ਟੂ ਕੰਜ਼ਿਊਮਰ ਇਨ ਪੰਜਾਬ ਇਜ਼ ਲੋਐਸਟ, ਪੰਜਾਬ ਦਾ ਰੇਟ ਹੈ 6.66 ਰੁਪਏ ਐਵਰੇਜ ਰੇਟ ਦੀ ਗੱਲ ਕਰ ਰਿਹਾ, ਕੰਪੇਅਰ ਟੂ ਹਰਿਆਣਾ 6.89, ਰਾਜਸਥਾਨ 8.04 ਰੁਪੀਜ਼ ਔਰ ਦਿੱਲੀ ਆਲਮੋਸਟ 7 ਰੁਪੀਜ਼। ਹਾਲੇ ਤਾਂ ਦਿੱਲੀ 'ਚ ਹੀ ਇਹਨਾਂ ਤੋਂ ਮਸਲਾ ਹੱਲ ਨਹੀਂ ਹੋ ਰਿਹਾ ਤੇ ਪੰਜਾਬ ਦੀ ਆ ਕੇ ਗੱਲ ਕਰ ਰਹੇ। ਕਮਾਲ ਦੀ ਗੱਲ ਹੋਈ ਹੈ ਕਿ ਇੱਥੇ ਜਿਹੜੇ ਦਿੱਲੀ ਜਾ ਕੇ ਸੁਪਰੀਮ ਕੋਰਟ ਨੇ ਹੁਣੇ ਪੋਲਿਊਸ਼ਨ ਦੀ ਗੱਲ ਚੱਲੀ ਸੀ, 4% ਪੋਲਿਊਸ਼ਨ ਦਾ ਕਾਰਨ ਦੱਸਿਆ ਕਿ ਪਰਾਲੀ ਸਾੜਨ ਦਾ ਕਾਰਨ, ਚਾਹੇ ਉਹ ਹਰਿਆਣੇ ਦੇ ਕਿਸਾਨ ਹੈ ਚਾਹੇ ਪੰਜਾਬ। ਇਹ ਕਹਿੰਦੇ ਸੀ ਕਿ 90% ਪੰਜਾਬ ਦੇ ਕਿਸਾਨ ਜ਼ਿੰਮੇਵਾਰ, ਜਿਹੜੇ ਹਮੇਸ਼ਾ ਹੀ SYL ਦੇ ਮੁੱਦੇ 'ਤੇ, ਪੋਲਿਊਸ਼ਨ ਦੇ ਮੁੱਦੇ 'ਤੇ, ਥਰਮਲ ਦੇ ਮੁੱਦੇ 'ਤੇ, ਹਰ ਮੁੱਦੇ 'ਤੇ ਐਂਟੀ ਪੰਜਾਬ ਸਟਾਂਸ ਲੈਂਦੇ ਰਹੇ ਆ, ਅੱਜ ਉਹ ਪੰਜਾਬ 'ਚ ਆ ਕੇ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਨਾ ਕਰਨ। ਔਰ ਜੋ ਕੁਛ ਐਲਾਨ ਹੋ ਰਿਹਾ ਪਹਿਲਾਂ ਦਿੱਲੀ ਦੇ ਕੇ ਲਿਖਾਉਣ ਲੋਕਾਂ ਨੂੰ, ਜਿਨ੍ਹਾਂ ਨੇ 8 ਸਾਲ 10 ਸਾਲ ਤੋਂ ਉਹਨਾਂ ਦੀ ਸਰਕਾਰ ਉੱਥੇ ਬਣਾਈ ਹੋਈ ਹੈ। ਯਦਿ ਆਪਕੋ ਹਮਾਰੀ ਇਹ ਵੀਡੀਓ ਪਸੰਦ ਆਈ ਤੋ ਹਮਾਰੇ ਚੈਨਲ ਕੋ ਲਾਈਕ, ਸ਼ੇਅਰ ਔਰ ਸਬਸਕ੍ਰਾਈਬ ਕਰੇਂ। ਐਸੀ ਔਰ ਅਪਡੇਟਸ ਦੇਖਣੇ ਕੇ ਲੀਏ ਬੈਲ ਆਇਕਨ ਜ਼ਰੂਰ ਦਬਾਏਂ।